ਆਰਕੰਸਾ ਦੇ ਤਿੰਨ ਪੁਲਿਸ ਅਧਿਕਾਰੀ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਆ ਉਹਨਾਂ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਜਿਹੜਾ ਉਹ ਕਰਨਾ ਸੀ ਗ੍ਰਿਫਤਾਰ ਕਰਨ ਦੇ ਦੌਰਾਨ ਲੰਮੇ ਪਾਇਆ ਸੀ ਉਸ ਨੂੰ ਤੇ ਬੁਰੀ ਤਰ੍ਹਾਂ ਜਿਹੜੇ ਪੁਲਸ ਵਾਲੇ ਆ ਉਸ ਨੂੰ ਕੁੱਟਮਾਰ ਕਰ ਰਹੇ ਸੀ ਕੋਈ ਘਸੌਣ ਮਾਰ ਰਿਹਾ ਸੀ ਕੋਈ ਲੱਤ ਦੇ ਨਾਲ ਕੋਈ ਪੁਲਸਵਾਰੇ ਆ ਉਸ ਨੂੰ ਕੋਟਰੇ ਸੀਗੇ ਸੋ ਤਿੰਨ ਜਾਣਿਆਂ ਨੇ ਉਸ ਨੂੰ ਢਾਕੇ ਰੱਖਿਆ ਹੋਇਆ ਸੀ ਐਤਵਾਰ ਨੂੰ ਕਹਿੰਦੇ ਵੀ ਤਿੰਨ ਅਰਕਨਸਾ ਦੇ ਲਾ ਇਨਫੋਰਸਮੈਂਟ ਆਫਿਸਰਸ ਆ ਉਹਨਾਂ ਨੂੰ ਸਸਪੈਂਡ ਕੀਤਾ ਲੋਕਾਂ ਨੇ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਜਦੋਂ ਰਿਲੀਜ਼ ਹੋਈ ਉਸ ਤੋਂ ਇਤਰਾਜ਼ ਜਿਹੜਾ ਜਤਾਇਆ ਵੀ ਇਹ ਕਾਫੀ ਜ਼ਿਆਦਾ ਧੱਕਾਪੁਸ਼ ਵਾਲਿਆਂ ਦੁਆਰਾ ਸਸਪੈਕਟ ਨੂੰ ਗ੍ਰਿਫਤਾਰ ਕਰਨ ਦੌਰਾਨ ਜਿਹੜਾ ਉਹ ਕਰ ਰਹੇ ਹੈਗੇ ਆ ਸੋ ਉਸ ਤੋਂ ਬਾਅਦ ਦੇ ਵਿੱਚ ਕ੍ਰਾਫਰਡ ਕਾਉਂਟੀ ਦੇ ਸ਼ੈਰਿਫ ਜਿਮੀ ਡਿਮਾਂਟੇ ਆ ਉਹਨਾਂ ਨੇ ਸਟੇਟਮੈਂਟ ਈਸ਼ੂ ਕਰਦੇ ਹੋਏ ਕਿਹਾ ਵੀ ਦੋ ਕਾਉਂਟੀ ਦੇ ਜਿਹੜੇ ਡੈਪਟੀਜ਼ ਆ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਤੇ ਇੰਟਰਨਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਨਾਲ ਹੋਵੇਗੀ ਸੋ ਤਿੰਨ ਕੋਲ ਅਧਿਕਾਰੀਆਂ ਨੂੰ ਸਸਪੈਂਸ਼ਨ ਜਿਹੜੀ ਆ ਉਹ ਦਿੱਤੀ ਗਈ ਹੈ ਡਿਮਾਂਟੇ ਨੇ ਕਿਹਾ ਵੀ ਅਸੀਂ ਸਾਰੇ ਆਪਣੇ ਏ ਏਮਪਲੋਈਜ਼ ਆ ਉਹਨਾਂ ਨੂੰ ਕਾਉਂਟੇਬਲ ਰੱਖਦੇ ਆ ਆਪਣੇ ਐਕਸ਼ਨਸ ਦੇ ਲਈ ਵੀ ਜੋ ਕੁਝ ਕੀਤਾ ਉਸ ਦੇ ਲਈ ਉਹ ਜਵਾਬ ਦੇ ਜਿਹੜੇ ਹੋਣਗੇ ਤੇ ਜਿਹੜੇ ਵੀ ਮੈਜਰਸ ਆ ਉਹਨਾਂ ਦੇ ਉਹਨਾਂ ਨੂੰ ਠੀਕ ਕਰਨ ਦੇ ਲਈ ਉਹ ਜਿਹੜੇ ਆ ਉਹ ਵਾਪਸ ਉਸ ਦੇ ਮੁਤਾਬਕ ਜਿਹੜੇ ਉਹ ਲੈ ਜਾਣਗੇ ਸੋ ਵੀਡੀਓ ਕੱਲ ਹੀ ਜਿਹੜੀ ਆਈ ਸੀ ਲੰਮੇ ਪਏ ਅਰੈਸਟ ਕਰ ਰਹੇ ਬੰਦੇ ਨੂੰ ਜਿਹੜਾ ਗਰਾਊਂਡ ਦੇ ਉੱਤੇ ਪਿੰਨ ਕੀਤਾ ਹੋਇਆ ਸੀ ਉਸ ਨੂੰ ਵਾਇਲੈਂਟਲੀ ਕਹਿੰਦੇ ਆ ਵੀ ਉਹ ਅਰੈਸਟ ਕਰ ਰਹੇ ਸੀ ਤਿੰਨ ਅਧਿਕਾਰੀਆਂ ਦੀ ਜੇ شناخت ਨਹੀਂ ਕੀਤੀ ਗਈ ਵੀ ਇਹ ਤਿੰਨ ਜਾਣੇ ਕਿਹੜੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਹੈ ਗ੍ਰਾਫੂਡ ਕਾਉਂਟੀ ਦੇ ਸ਼ੈਰਫ ਜਿਮੀ ਡਮਾਂਟੇ ਨੇ ਸੀਐਨਐਨ ਨੂੰ ਦੱਸਿਆ ਕਿ ਉਹ ਜਿਸ ਪਰਸਨ ਨੂੰ ਅਰੈਸਟ ਕਰ ਰਹੇ ਸੀ ਉਸ ਦੇ ਉੱਤੇ ਚਾਰजेस ਲੱਗੇ ਸੀ ਕਿ ਉਹ ਗੈਸ ਸਟੇਸ਼ਨ ਓਨਰ ਨੂੰ ਥ੍ਰੈਟ ਕਰ ਰਿਹਾ ਸੀ ਜੋ ਨੈਬਰ ਰੋਡ ਦੇ ਵਿੱਚ ਸੀਗਾ ਤੇ ਸ਼ੈਰਫ ਨੇ ਇਹ ਕਿਹਾ ਕਿ ਉਹ ਐਗਜ਼ਾਮਿਨ ਕਰ ਰਹੇ ਸੀ ਜਿਸ ਟਾਈਮ ਦੇ ਉੱਤੇ ਜੋ ਇਹ ਘਟਨਾ ਵਾਪਰੀ ਹੈਗੀ ਆ ਅਰਕੰਸਾ ਦੇ ਸਟੇਟ ਪੁਲਿਸ ਨੇ ਸਸਪੈਕਟ ਦਾ ਨਾਮ ਰੈਂਡਲ ਬੋਰ ਸਿਸਟਰ 27 ਸਾਲਾਂ ਦਾ ਜੋ ਗੂਜ਼ ਗ੍ਰੀਕ ਸਾਊਥ ਕੈਰੋਲਿਨਾ ਤੋਂ ਆ ਉਹ ਦੱਸਿਆ ਹੈਗਾ ਕਰਾਫੋਰਡ ਕਾਉਂਟੀ ਦੇ ਜੇਲ ਰੈਕੋਰਡ ਦੇ ਮੁਤਾਬਕ ਉਹਨੂੰ 15000 ਡਾਲਰ ਦੀ ਬੇਲ ਦੇ ਉੱਤੇ ਰੱਖਿਆ ਗਿਆ ਹੈ ਮਲਵਰੀ ਪੁਲਿਸ ਆਫੀਸਰ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪੈਂਡਿੰਗ ਇਨਵੈਸਟੀਗੇਸ਼ਨ ਛੱਡਿਆ ਗਿਆ ਹੈਗਾ ਸੀਟੀਓ ਮਲਵਰੀ ਤੇ ਮਲਵਰੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਇਹ ਜੋ ਇਨਵੈਸਟੀਗੇਸ਼ਨਸ ਆ ਇਸ ਨੂੰ ਬੜੀ ਸੀਰੀਅਸਲੀ ਲੈਂਦੇ ਹੈਗੇ ਆ ਆਰਕੰਸਾ ਦਾ ਤਿੰਨ ਪੁਲਿਸ ਅਧਿਕਾਰੀ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਆ ਉਹਨਾਂ ਨੇ ਇੱਕ ਬੰਦੇ ਨੂੰ ਗ੍ਰਫਤਾਰ ਜਿਹੜਾ ਉਹ ਕਰਨਾ ਸੀ ਗ੍ਰਫਤਾਰ ਕਰਨ ਦੇ ਦੌਰਾਨ ਲੰਮੇ ਪਾਇਆ ਸੀ ਇਸ ਨੂੰ ਤੇ ਬੁਰੀ ਤਰ੍ਹਾਂ ਜਿਹੜੇ ਪੁਲਿਸ ਵਾਲੇ ਆ ਉਸ ਨੂੰ ਕੁੱਟਮਾਰ ਕਰ ਰਹੇ ਸੀ ਕੋਈ ਕੋਸਨ ਮਾਰ ਰਿਹਾ ਸੀ ਕੋਈ ਲੱਤ ਦੇ ਨਾਲ ਕੋਈ ਪੁਲਸਵਾਰੇ ਆ ਉਸ ਨੂੰ ਕੁੱਟ ਰਹੇ ਸੀਗੇ ਸੋ ਤਿੰਨਾਂ ਜਾਣਿਆਂ ਨੇ ਉਸ ਨੂੰ ਢਾਕੇ ਰੱਖਿਆ ਹੋਇਆ ਸੀ ਐਤਵਾਰ ਨੂੰ ਕਹਿੰਦੇ ਵੀ ਤਿੰਨ ਅਰਕਨਸਾ ਦੇ ਲਾ ਇਨਫੋਰਸਮੈਂਟ ਆਫਿਸਰਜ਼ ਆ ਉਹਨਾਂ ਨੂੰ ਸਸਪੈਂਡ ਕੀਤਾ ਲੋਕਾਂ ਨੇ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਜਦੋਂ ਰਿਲੀਜ਼ ਹੋਈ ਉਸ ਤੋਂ ਇਤਰਾਜ਼ ਜਿਹੜਾ ਜਤਾਇਆ ਵੀ ਇਹ ਕਾਫੀ ਜ਼ਿਆਦਾ ਧੱਕਾ ਪੁਲਸਵਾਰਿਆਂ ਦੁਆਰਾ ਸਸਪੈਕਟ ਨੂੰ ਗ੍ਰਿਫਤਾਰ ਕਰਨ ਦੌਰਾਨ ਜਿਹੜਾ ਉਹ ਕਰ ਰਹੇ ਹੈਗੇ ਆ ਸੋ ਉਸ ਤੋਂ ਬਾਅਦ ਦੇ ਵਿੱਚ ਕ੍ਰਾਫਰਡ ਕਾਉਂਟੀ ਦੇ ਸ਼ੈਰਫ ਜਿਮੀ ਡਮਾਂਟੇ ਆ ਉਹਨਾਂ ਨੇ ਸਟੇਟਮੈਂਟ ਇਸ਼ੂ ਕਰਦੇ ਹੋਏ ਕਿਹਾ ਵੀ ਦੋ ਕਾਉਂਟੀ ਦੇ ਜਿਹੜੇ ਡੈਪਟੀਜ਼ ਆ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਤੇ ਇੰਟਰਨਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਨਾਲ ਹੋਵੇਗੀ ਸੋ ਤਿੰਨ ਕੋਲ ਅਧਿਕਾਰੀਆਂ ਨੂੰ ਸਸਪੈਂਸ਼ਨ ਜਿਹੜੀ ਆ ਉਹ ਦਿੱਤੀ ਗਈ ਹੈ ਡਮਾਂਟੇ ਨੇ ਕਿਹਾ ਵੀ ਅਸੀਂ ਸਾਰੇ ਆਪਣੇ ਆ EMPLOYEES ਆ ਉਹਨਾਂ ਨੂੰ ਕਾਉਂਟੇਬਲ ਰੱਖਦੇ ਆ ਆਪਣੇ ਐਕਸ਼ਨਸ ਦੇ ਲਈ ਵੀ ਜੋ ਕੁਝ ਕੀਤਾ ਉਸ ਦੇ ਲਈ ਉਹ ਜਵਾਬ ਦੇ ਜਿਹੜੇ ਹੋਣਗੇ ਤੇ ਜਿਹੜੇ ਵੀ ਮੈਜਰਸ ਆ ਉਹਨਾਂ ਦੇ ਉਹਨਾਂ ਨੂੰ ਠੀਕ ਕਰਨ ਦੇ ਲਈ ਉਹ ਜਿਹੜੇ ਆ ਉਹ ਵਾਪਸ ਉਸ ਦੇ ਮੁਤਾਬਕ ਜਿਹੜੇ ਉਹ ਲੈ ਜਾਣਗੇ ਸੋ ਵੀਡੀਓ ਕੱਲ ਹੀ ਜਿਹੜੀ ਆਈ ਸੀ ਲੰਮੇ ਪਏ ਅਰੈਸਟ ਕਰ ਰਹੇ ਬੰਦੇ ਨੂੰ ਜਿਹੜਾ ਗਰਾਊਂਡ ਦੇ ਉੱਤੇ ਪਿੰਨ ਕੀਤਾ ਹੋਇਆ ਸੀ ਉਸ ਨੂੰ ਵਾਇਲੈਂਟਲੀ ਕਹਿੰਦੇ ਆ ਵੀ ਉਹ ਅਰੈਸਟ ਕਰ ਰਹੇ ਸੀ ਤਿੰਨ ਅਧਿਕਾਰੀਆਂ ਦੀ ਜੇ شناخت ਨਹੀਂ ਕੀਤੀ ਗਈ ਵੀ ਇਹ ਤਿੰਨ ਜਾਣੇ ਕਿਹੜੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਹੈ ਗਰਾਫੂਡ ਕਾਉਂਟੀ ਦੇ ਸ਼ਰਫ ਜਿਮੀ ਡਿਮਾਂਟੇ ਨੇ ਸੀਐਨਐਨ ਨੂੰ ਦੱਸਿਆ ਵੀ ਉਹ ਜਿਸ ਪਰਸਨ ਨੂੰ ਅਰੈਸਟ ਕਰ ਰਹੇ ਸੀ ਉਸ ਦੇ ਉੱਤੇ ਚਾਰजेस ਲੱਗੇ ਸੀ ਕਿ ਉਹ ਗੈਸ ਸਟੇਸ਼ਨ ਓਨਰ ਨੂੰ ਥ੍ਰੈਟ ਕਰ ਰਿਹਾ ਸੀ ਜੋ ਨੇਬਰ ਰੋਡ ਦੇ ਵਿੱਚ ਸੀਗਾ ਤੇ ਸ਼ੈਰਫ ਨੇ ਇਹ ਕਿਹਾ ਕਿ ਉਹ ਐਗਜ਼ਾਮਿਨ ਕਰ ਰਹੇ ਸੀ ਤੇ ਜਿਸ ਟਾਈਮ ਦੇ ਉੱਤੇ ਜੋ ਇਹ ਘਟਨਾ ਵਾਪਰੀ ਹੈਗੀ ਆ ਅਰਕੰਸਾ ਦੇ ਸਟੇਟ ਪੁਲਿਸ ਨੇ ਸਸਪੈਕਟ ਦਾ ਨਾਮ ਰੇਂਡਲ ਬੋਰ ਸਿਸਟਰ 27 ਸਾਲਾਂ ਦਾ ਜੋ ਗੂਜ਼ ਕ੍ਰੀਕ ਸਾਊਥ ਕੈਰੋਲਾਈਨਾ ਤੋਂ ਆ ਉਹ ਦੱਸਿਆ ਹੈਗਾ ਕਰਾਫੋਰਡ ਕਾਉਂਟੀ ਦੇ ਜੇਲ੍ਹ ਰੈਕਡਰ ਦੇ ਮੁਤਾਬਕ ਉਹਨੂੰ 15000 ਡਾਲਰ ਦੀ ਬੇਲ ਦੇ ਉੱਤੇ ਰੱਖਿਆ ਗਿਆ ਹੈ ਮਲਵਰੀ ਪੁਲਿਸ ਆਫੀਸਰ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪੈਂਡਿੰਗ ਇਨਵੈਸਟੀਗੇਸ਼ਨ ਛੱਡਿਆ ਗਿਆ ਹੈਗਾ ਸਿਟੀ ਆਫ ਮਲਵਰੀ ਤੇ ਮਲਵਰੀ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਅਸੀਂ ਇਹ ਜੋ ਇਨਵੈਸਟੀਗੇਸ਼ਨਸ ਆ ਇਸ ਨੂੰ ਬੜੀ ਸੀਰੀਅਸਲੀ ਲੈਂਦੇ ਹੈਗੇ ਆ